ਗੁਰਦੁਆਰਾ ਧੌਲਸਰ ਪਾਤਸ਼ਾਹੀ 10ਵੇਂ ਪਿੰਡ ਡੋੜ ਕਿ ਇੱਥੋਂ ਗੁਰੂ ਸਾਹਿਬ ਨੇ ਜਿਹੜਾ ਧਰਮ ਸੰਕਟ ਦੇ ਵਿੱਚ ਜਿਹੜਾ ਖਾਲਸਾ ਦੇ ਵਿੱਚ ਫਸਿਆ ਹੋਇਆ ਸੀਗਾ ਤਾਂ ਉੱਪਰ ਜਿਹੜੀ ਖਾਲਸੇ ਦੀ ਫੌਜ ਇਕੱਤਰ ਹੋ ਰਹੀ ਸੀਗੀ ਔਰ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਸੀ ਅਗਲੀ ਜੰਗ ਦੇ ਲਈ। ਇਹ ਗੁਰੂ ਸਾਹਿਬ ਦੇ ਉਹਨਾਂ ਸਮੇਂ ਜਿਹੜੇ ਨਿਹੰਗ ਸਿੰਘ ਸ਼ਬਦ ਹੈ ਅੱਜ ਵੀ ਇਹ ਵਰਤਿਆ ਜਾਂਦਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਗੁਰਦੁਆਰਾ ਧੌਲਸਰ ਪਾਤਸ਼ਾਹੀ 10ਵੇਂ ਪਿੰਡ ਡੋੜ, ਇਹ 10ਵੇਂ ਪਾਤਸ਼ਾਹੀ ਦੀ ਚਰਨ ਛੋਹ ਸਥਾਨ ਹੈ ਜੀ। ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਇਤਿਹਾਸ ਤੋਂ, ਜੋ ਗੁਰੂ ਸਾਹਿਬ ਇੱਥੋਂ ਲੰਘੇ ਸੀ ਉਦੋਂ ਦਾ ਇਤਿਹਾਸ ਜੋ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਜੀ ਕੁਛ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੀਨੇ ਕਾਂਗੜ ਦੀ ਧਰਤੀ 'ਤੇ ਸੀਗੇ ਜੀ, ਦੀਨੇ ਕਾਂਗੜ ਦੀ ਧਰਤੀ ਤੋਂ ਗੁਰੂ ਸਾਹਿਬ ਜਦੋਂ ਇੱਥੇ ਆਏ ਤਕਰੀਬਨ 2-2.5 ਮਹੀਨੇ ਰਹੇ ਜੀ, ਔਰ ਇਸ ਤੋਂ ਸਾਹਿਬ ਗੁਰੂ ਸਾਹਿਬ ਜਦੋਂ ਅੱਗੇ ਨੂੰ ਜਾ ਰਹੇ ਸੀਗੇ ਜਿਹੜਾ ਖਦਰਾਣੇ ਦੀ ਢਾਬ ਦਾ ਸਮਾਂ ਸੀਗਾ ਜੀ, ਉਦੋਂ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਪਰ ਰੁਕੇ ਸੀ ਕੁਛ ਸਮੇਂ ਦੇ ਲਈ। ਔਰ ਇੱਥੋਂ ਦਾ ਜਿਹੜਾ ਮਤਲਬ ਗੁਰੂ ਸਾਹਿਬ ਇੱਥੇ ਲਿਖਦੇ ਹਨ ਜੀ, ਬਸ ਵੀ ਜਿਹੜਾ ਗੁਰੂ ਸਾਹਿਬ ਇੱਥੇ ਰੁਕੇ ਸੀਗੇ ਜੀ, ਜਲਾਲ ਦੇ ਵਿੱਚ ਵੀ ਸਤਕੋਹ ਜਿਹੜਾ ਤੋਂ ਇਹ ਪਿੰਡ ਆ, ਪਿੰਡ ਜੀ ਮਤਲਬ ਸਤਕੋਹ 15-16 ਕਿਲੋਮੀਟਰ ਪਿੰਡ ਪੈਂਦਾ ਜੀ ਇੱਥੇ, ਅਤੇ ਇੱਕ ਨਿਹੰਗ ਸਿੰਘ ਔਰ ਲੋਕਾਂ ਨੂੰ ਧਰਮ ਦਾ ਕਹਿੰਦੇ ਯੁੱਧ ਦਾ ਉਪਦੇਸ਼ ਦਿੱਤਾ ਸੀਗਾ ਜੀ। ਯੁੱਧ ਦਾ ਉਪਦੇਸ਼ ਦੇਣ ਦਾ ਭਾਵ ਕਿ ਇੱਥੋਂ ਗੁਰੂ ਸਾਹਿਬ ਨੇ ਜਿਹੜਾ ਧਰਮ ਸੰਕਟ ਦੇ ਵਿੱਚ ਜਿਹੜਾ ਖਾਲਸਾ ਦੇ ਵਿੱਚ ਫਸਿਆ ਹੋਇਆ ਸੀਗਾ ਤਾਂ ਗੁਰੂ ਸਾਹਿਬ ਨੇ ਜਿਹੜਾ ਯੁੱਧ ਦੇ ਲਈ ਜਿਹੜੇ ਮਤਲਬ ਅਗਲਾ ਜੰਗ ਹੋਣਾ ਸੀਗਾ ਉਦੋਂ ਲਈ ਲੋਕਾਂ ਨੂੰ ਪ੍ਰੇਰਿਆ ਸੀ। ਔਰ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੇ ਅਗਲੇ 2-4 ਪਿੰਡਾਂ ਦੇ ਵਿੱਚ ਜਾ ਕੇ ਆਪਾਂ ਜਿੱਥੇ ਖਾਲਸੇ ਦੀ ਫੌਜ ਤਿਆਰ ਹੁੰਦੀ ਹੈ, ਔਰ ਇਹਨਾਂ ਜੰਗਾਂ ਦੇ ਵਿੱਚ ਜਿਹੜੇ ਗੁਰੂ ਸਾਹਿਬ ਜਿਹੜੇ ਇੱਥੇ ਸਥਾਨ ਦੇ ਉੱਪਰ ਜਿਹੜੀ ਖਾਲਸੇ ਦੀ ਫੌਜ ਇਕੱਤਰ ਹੋ ਰਹੀ ਸੀਗੀ ਔਰ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਸੀ ਅਗਲੀ ਜੰਗ ਦੇ ਲਈ, ਇਸ ਸਥਾਨ ਦੇ ਉੱਪਰ ਇੱਥੇ ਵੀ ਜਿਹੜਾ ਸੀ ਜਿਹੜਾ ਗੁਰੂ ਸਾਹਿਬ ਦੇ ਨਿਹੰਗ ਸਿੰਘ ਸੀਗੇ ਜੀ ਉਦੋਂ ਦੇ ਸਮੇਂ ਦੇ ਵਿੱਚ, ਉਹ ਜਿਹੜਾ ਸ਼ਬਦ ਮੈਂ ਤੁਹਾਨੂੰ ਜਿਹੜੇ ਨਿਹੰਗ ਸਿੰਘ ਜੋ ਵਰਤਦੇ ਹਨ ਇਹ ਜਿਹੜਾ ਉਦੋਂ ਦੇ ਸਮੇਂ ਦਾ ਜਿਹੜਾ ਸ਼ਬਦ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਇਹ ਗੁਰੂ ਸਾਹਿਬ ਦੇ ਉਹਨਾਂ ਸਮੇਂ ਜਿਹੜੇ ਨਿਹੰਗ ਸਿੰਘ ਸ਼ਬਦ ਹੈ ਅੱਜ ਵੀ ਇਹ ਵਰਤਿਆ ਜਾਂਦਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਅਤੇ ਗਿਆਨੀ ਗਿਆਨ ਸਿੰਘ ਜੀ, ਤਾਰਾ ਸਿੰਘ ਨਰੋਤਮ ਜੀ ਜਿਹੜਾ ਜ਼ਿਕਰ ਕਰਦੇ ਹਨ ਜੀ, ਉਹ ਨਿਹੰਗ ਸਿੰਘ ਇਸ ਜਗ੍ਹਾ ਦੇ ਉੱਪਰ ਸਾਂਝੇ ਹੋ। ਅਤੇ ਆਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਜੀ। ਵਾਹਿਗੁਰੂ ਸੰਗਤ ਜੀ, ਤੁਹਾਨੂੰ ਇਹ ਜਿਹੜੇ ਦਰਸ਼ਨ ਕਰਵਾਏ ਹਨ ਜੀ ਪਿੰਡ ਡੋੜ ਦੇ ਵਿੱਚ, ਔਰ ਗੁਰੂ ਸਾਹਿਬ ਇਸ ਸਮੇਂ ਦੇ ਵਿੱਚ ਜਿਹੜਾ ਸਮਾਂ ਸੀਗਾ ਜੀ, ਇਹ ਬਹੁਤ ਜਿਹੜਾ ਸਮਾਂ ਗੁਰੂ ਸਾਹਿਬ ਕੋਲ ਘੱਟ ਸੀਗਾ ਜਦੋਂ ਗੁਰੂ ਸਾਹਿਬ ਇਹਨਾਂ ਪਿੰਡਾਂ ਦੇ ਵਿੱਚ ਵਿਚਰਦੇ ਸਨ, ਔਰ ਗੁਰੂ ਸਾਹਿਬ ਇਸ ਸਥਾਨ ਤੋਂ ਜਿਹੜਾ ਚੱਲ ਕੇ ਅਗਲੇ ਪਿੰਡਾਂ ਦੇ ਵਿੱਚ ਜਿਹੜੀ ਤੁਸੀਂ ਦੇਖੋਗੇ ਜਿਹੜਾ ਮਤਲਬ ਆਪਾਂ ਜਿੱਥੇ ਪਹੁੰਚਣਾ ਹੈ, ਅਤੇ ਇੱਥੇ ਗੁਰੂ ਸਾਹਿਬ ਚਰਨ ਪਾਉਂਦੇ ਸੀ ਔਰ ਲੋਕਾਂ ਨੂੰ ਜੰਗ ਦੇ ਲਈ ਪ੍ਰੇਰਿਤ ਕਰਦੇ ਸੀਗੇ, ਅਤੇ ਜਿਹੜਾ ਖਾਲਸੇ ਦਾ ਜਿਹੜਾ ਅਗਲੀ ਜੰਗ ਹੁੰਦੀ ਹੈ ਫਤਿਹ ਕਰਦੇ ਹਨ ਜੀ ਖਦਰਾਣੇ ਢਾਬ 'ਤੇ। ਗੁਰੂ ਸਾਹਿਬ ਕੁਛ ਸਮੇਂ ਲਈ ਇੱਥੇ ਆਉਂਦੇ ਸਨ ਔਰ ਅਗਲੇ ਪਿੰਡ ਦੇ ਲਈ ਚਾਲਾ ਪਾਉਂਦੇ ਸਨ। ਇੰਨਾ ਆਪਾਂ ਜਿਹੜਾ ਆਪਾਂ ਚੱਲੇ ਹੋਏ ਹਾਂ ਗੁਰੂ ਮਹਾਰਾਜ ਚਰਨ ਛੋਹ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਉਣੇ, ਅਤੇ ਗੁਰੂ ਮਹਾਰਾਜ ਜਿੱਥੇ ਉਹ ਪਹੁੰਚੇ ਸੀ ਆਪਾਂ ਉਸੇ ਤਰੀਕੇ ਦੇ ਨਾਲ ਚੱਲੇ ਹਾਂ। ਜ਼ਰੂਰੀ ਨਹੀਂ ਹੁੰਦਾ ਕਿ ਉੱਥੇ ਹਰ ਜਗ੍ਹਾ ਮਹਾਰਾਜ ਕੌਤਕ ਵਰਤਾਉਣ, ਕਿ ਉੱਥੋਂ ਦਾ ਇਤਿਹਾਸ ਰਚਿਆ ਜਾਵੇ, ਅਤੇ ਉਹ ਹਰ ਜਗ੍ਹਾ 'ਤੇ ਗੁਰੂ ਸਾਹਿਬ ਨੂੰ ਇਹ ਜਿਹੜਾ ਸਮਾਂ ਸੀਗਾ ਇੱਥੇ ਗੁਰੂ ਸਾਹਿਬ ਸੰਗਤਾਂ ਨੂੰ ਜਿਹੜਾ ਇਕੱਤਰ ਕਰਦੇ ਸੀਗੇ, ਜਿਹੜੀ ਖਾਲਸਾ ਜਿਹੜੀ ਫੌਜ ਤਿਆਰ ਹੋ ਰਹੀ ਸੀਗੀ, ਇਹ ਸਮਾਂ ਉਹ ਸੀਗਾ ਇਸ ਸਥਾਨ 'ਤੇ ਗੁਰੂ ਸਾਹਿਬ ਪਹੁੰਚੇ ਸਨ ਜੀ ਪਿੰਡ ਡੋੜ ਦੇ ਵਿੱਚ। ਜਿਹੜਾ ਗੁਰਦੁਆਰਾ ਸਾਹਿਬ ਹੁਣ ਇੱਥੇ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ, ਇਹ ਹੈ ਸਾਹਮਣੇ ਪਰਲੀ ਸਾਈਡ ਗੁਰਦੁਆਰਾ ਸਾਹਿਬ ਦਰਬਾਰ ਤਿਆਰ ਹੋ ਰਿਹਾ ਜੀ ਇਸ ਟਾਈਮ। ਸੰਗਤ ਜੀ ਇਹ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਏ ਪਿੰਡ ਡੋੜ ਦੇ ਜੀ, ਅਤੇ ਅਗਲੇ ਤਰੀਕੇ ਦੇ ਨਾਲ ਤੁਹਾਨੂੰ ਜਿੱਥੇ ਗੁਰੂ ਗੁਰੂ ਮਹਾਰਾਜ ਸਾਹਿਬ ਜਿਹੜੇ ਚੱਲਦੇ ਤੁਰੇ ਜਾ ਰਹੇ ਇਸ ਪਿੰਡ ਦੇ ਉੱਪਰ ਚੱਲੇ ਹੋਏ ਆ ਪਟਨਾ ਸਾਹਿਬ ਤੋਂ ਲੈ ਕੇ ਤੁਹਾਨੂੰ ਦਰਸ਼ਨ ਕਰਵਾ ਰਹੇ ਜੀ। ਇਸੇ ਤਰੀਕੇ ਦੇ ਨਾਲ ਮਹਾਰਾਜ ਸਿਰ 'ਤੇ ਹੱਥ ਰੱਖਣਾ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।